ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਹੋ ਸਕਦੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ। ਵੱਡੀ ਖਬਰ ਸਾਹਮਣੇ ਆ ਰਹੀ ਹੈ, ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ, ਜਥੇਦਾਰ ਗਿਆਨੀ ਰਘਵੀਰ ਸਿੰਘ ਸਾਹਮਣੇ ਸੁਖਬੀਰ ਸਿੰਘ ਬਾਦਲ ਪੇਸ਼ ਹੋ ਸਕਦੇ ਨੇ ਅੱਜ 1 ਤੋਂ 1:30 ਵਜੇ ਦੇ ਕਰੀਬ, ਜਿਹੜਾ ਉਹ ਸਮਾਂ ਦੱਸਿਆ ਜਾ ਰਿਹਾ ਜਿਸ ਦੌਰਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣਗੇ ਔਰ ਉੱਥੇ ਆਪਣਾ ਪੱਖ ਪੇਸ਼ ਕਰਨਗੇ। ਦਰਅਸਲ ਬਾਗੀ ਧੜੇ ਦੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਪਣੀਆਂ ਮੁਸੀਬਤਾਂ ਦੱਸੀਆਂ ਗਈਆਂ ਸੀ, ਆਪਣਾ ਮੁਆਫ਼ੀਨਾਮਾ ਪੇਸ਼ ਕੀਤਾ ਗਿਆ ਸੀਗਾ। ਭੁੱਲਾ ਬਖਸ਼ਾਉਣ ਵਾਸਤੇ ਉੱਥੇ ਜਾਂਦਾ ਹੈ ਬਾਗੀ ਧੜਾ, ਔਰ ਉੱਥੇ ਜਾ ਕੇ ਇੱਕ ਲਿਖਤੀ ਅਰਜ਼ੀ ਉੱਥੇ ਪੇਸ਼ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਜਾਂਦਾ ਹੈ। 15 ਦਿਨ ਦਾ ਸਮਾਂ ਦਿੱਤਾ ਜਾਂਦਾ, ਕਿਹਾ ਜਾਂਦਾ ਕਿ 15 ਦਿਨ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਅਤੇ ਆਪਣਾ ਪੱਖ ਉੱਥੇ ਰੱਖਣ। ਖੈਰ, ਅਜੇ ਤੱਕ ਇਹ ਚਰਚਾ ਚੱਲਦੀ ਪਈ ਸੀ ਕਿ ਸੁਖਬੀਰ ਸਿੰਘ ਬਾਦਲ ਕਦੋਂ ਪੇਸ਼ ਹੋਣਗੇ, ਕਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣਗੇ, ਪਰ ਹੁਣ ਅਚਾਨਕ ਇੱਕ ਵੱਡੀ ਖਬਰ ਵਿੱਚ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਔਰ ਆਪਣਾ ਪੱਖ ਜਿਹੜਾ ਉੱਥੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਸਾਹਮਣੇ ਰੱਖਣਗੇ। ਇਸ ਤੋਂ ਬਾਅਦ ਹੁਣ ਕੀ ਸੇਵਾ ਸੁਣਾਈ ਜਾਂਦੀ ਹੈ ਜਾਂ ਸਜ਼ਾ ਸੁਣਾਈ ਜਾਂਦੀ ਹੈ ਉਹ ਬਾਅਦ ਦੀ ਗੱਲ ਹੈ, ਪਰ ਫਿਲਹਾਲ ਵੱਡੀ ਖਬਰ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਣਗੇ ਔਰ ਜਿਹੜੀਆਂ ਭੁੱਲਾਂ ਬਾਗੀ ਧੜਾ ਬਖਸ਼ਾ ਚੁੱਕਿਆ ਆ ਜਾਂ ਇਸ ਗੱਲ ਦਾ ਦਾਅਵਾ ਕਰ ਚੁੱਕਿਆ, ਉਹਨਾਂ ਭੁੱਲਾਂ ਦੇ ਬਕੌਲ ਉੱਥੇ ਜਾ ਕੇ ਸੁਖਬੀਰ ਬਾਦਲ ਪੇਸ਼ ਹੋ ਕੇ ਅਤੇ ਆਪਣਾ ਪੱਖ ਰੱਖਣਗੇ। ਬੜੇ ਮਸਲੇ ਨੇ, ਭਾਵੇਂ ਉਹ ਬੇਅਦਬੀ ਦਾ ਵਿਸ਼ਾ ਹੋਵੇ, ਭਾਵੇਂ ਉਹ ਸੌਦਾ ਸਾਧ ਵਾਲਾ ਵਿਸ਼ਾ ਹੋਵੇ ਅਤੇ ਭਾਵੇਂ ਉਹ ਗੋਲੀਬਾਰੀ ਦਾ ਕਤਲੇਆਮ ਦਾ ਵਿਸ਼ਾ ਹੋਵੇ, ਇਹਨਾਂ ਮਸਲਿਆਂ ਦੇ ਉੱਤੇ ਅਕਾਲੀ ਦਲ ਸ਼ੁਰੂ ਤੋਂ ਘਿਰਦਾ ਆਇਆ ਔਰ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਹੀ ਸਵਾਲ ਚੁੱਕੇ ਗਏ ਸੀ। ਹੁਣ ਹੋ ਸਕਦਾ ਕਿ ਸੁਖਬੀਰ ਬਾਦਲ ਜੇ ਅੱਜ ਪੇਸ਼ ਹੁੰਦੇ ਨੇ ਤਾਂ ਇਹਨਾਂ ਗੱਲਾਂ ਦੇ ਉੱਤੇ ਉਹ ਆਪਣਾ ਪੱਖ ਰੱਖਣ, ਪਰ ਦੂਜੇ ਪਾਸੇ ਇੱਕ ਨੈਰੇਟਿਵ ਹੋਰ ਬਣਦਾ ਨਜ਼ਰ ਆਇਆ ਜਿਹਦੇ ਵਿੱਚ ਕਿਹਾ ਗਿਆ ਕਿ ਸੁਖਬੀਰ ਬਾਦਲ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਇੰਗਲੈਂਡ ਦੇ ਵਿੱਚ ਮੁਲਾਕਾਤ ਕਰ ਚੁੱਕੇ ਨੇ। ਹੁਣ ਇਹਦੇ ਵਿੱਚ ਸੱਚਾਈ ਕਿੰਨੇ ਕੁ ਹੈ ਇਹਦਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ, ਪਰ ਜੇ ਮੁਲਾਕਾਤ ਕਰ ਚੁੱਕੇ ਨੇ ਤਾਂ ਇਹ ਮੀਟਿੰਗ ਜਿਹੜੀ ਹੋਵੇਗੀ ਇਹ ਪ੍ਰੀ ਪਲੈਨਡ ਹੋਵੇਗੀ ਅਤੇ ਓਬਵੀਅਸਲੀ ਇਹਦੇ ਵਿੱਚੋਂ ਕੁਝ ਨਿਕਲਦਾ ਉਸ ਵੇਲੇ ਉਸ ਸੂਰਤ ਦੇ ਵਿੱਚ ਨਜ਼ਰ ਨਹੀਂ ਆ ਸਕੇਗਾ, ਪਰ ਜੇ ਇਹ ਝੂਠ ਹੈ ਔਰ ਇੱਦਾਂ ਦੀ ਕੋਈ ਮੁਲਾਕਾਤ ਨਹੀਂ ਹੋਈ ਤਾਂ ਇਹ ਮੀਟਿੰਗ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਵਿਚਾਰੀ ਜਾ ਸਕਦੀ ਹੈ ਔਰ ਸੁਖਬੀਰ ਸਿੰਘ ਬਾਦਲ ਦਾ ਇਸ ਤਰ੍ਹਾਂ ਪੇਸ਼ ਹੋਣਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਤਲਬ ਕੀਤੇ ਜਾਣ ਤੋਂ ਬਾਅਦ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਹੱਤਵ ਰੱਖਦਾ ਆ। ਕੀ ਇਸ ਦਾ ਨਤੀਜਾ ਨਿਕਲੇਗਾ ਉਹ ਸਮਾਂ ਦੱਸੇਗਾ ਔਰ ਅੱਜ 1 ਤੋਂ 1:30 ਵਜੇ ਤੱਕ ਸੂਤਰਾਂ ਦੇ ਹਵਾਲੇ ਤੋਂ ਸੁਖਬੀਰ ਬਾਦਲ ਪੇਸ਼ ਹੋ ਸਕਦੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਔਰ ਉੱਥੇ ਆ ਕੇ ਆਪਣਾ ਪੱਖ ਰੱਖ ਸਕਦੇ ਨੇ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਉਹ ਤੱਕ ਲਈ ਬਣੇ ਰਹੋ One India Punjabi. Subscribe to One India channel and never miss an update.